ਇਧਰ ਦੇਖ ਲੈ ਤੇਰੇ ਵੀ ਲਾ ਦੀਏ ਓਏ ਐਮੀ ਓਏ ਆ ਜਾ ਫਿਰ ਬਸ 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 ਤੂੰ ਸੁਣਤਾ ਕਿਉਂ ਨੀ ਉਹ ਪੈਗੀ ਉਹ ਪੈਗੀ ਠੰਡ ਸਮਰ ਦੇ ਪੈਗੀ ਠੰਡ ਤੇ ਗਾਈ ਸਪਾ ਆਏ ਸੀ ਜੀ ਫੁੱਲਾਂ ਵਾਲੀ ਮਾਰਕੀਟ ਅਤੇ ਇੱਥੋਂ ਆਪਾਂ ਗੁਲਾਬ ਦੇ ਫੁੱਲ ਉੱਤੇ ਐਕਚੁਲੀ ਅੱਜ ਬੇਬੀ ਨੇ ਘਰ ਆਉਣਾ ਸੀ ਬੇਬੀ ਨੇ ਮਤਲਬ ਮੇਰੀ ਭਾਣਜੀ ਨੇ ਅਤੇ ਉਹਦੇ ਸਵਾਗਤ ਲਈ ਫੁੱਲ ਕਾਫੀ ਸਾਰੇ ਚਾਹੀਦੇ ਸੀਗੇ ਅਤੇ ਬਹੁਤ ਹੀ ਛੇਤੀ ਛੇਤੀ ਹੋਇਆ ਸਾਰਾ ਕੁਛ ਪਤਾ ਵੀ ਨਹੀਂ ਲੱਗਿਆ ਹੈਗਾ ਮਤਲਬ ਕਿ ਕਦੋਂ ਛੁੱਟੀ ਮਿਲ ਗਈ ਇੰਨੀ ਉਮੀਦ ਨਹੀਂ ਸੀ ਇੰਨੀ ਛੇਤੀ ਛੁੱਟੀ ਮਿਲ ਜਾਏਗੀ ਤਾਂ ਅਚਾਨਕ ਸਾਰਾ ਕੁਛ ਕਰਨਾ ਪੈ ਗਿਆ ਤੁਹਾਡਾ ਭਰਾ ਚੱਪਲਾਂ 'ਚ ਹੀ ਆ ਗਿਆ ਫਿਰ ਦੇਖੋ ਅਤੇ ਹੁਣ ਡੈਕੋਰੇਸ਼ਨ ਤਾਂ ਕਰਨੀ ਸੀਗੀ ਅਤੇ ਫਿਲਹਾਲ ਤੁਹਾਡਾ ਭਰਾ ਆਇਆ ਸੀਗਾ ਇੱਥੇ ਰੱਖਵਾ ਕੋਲ ਲੁਧਿਆਣੇ 'ਚ ਜਿਹੜਾ ਦੁਰਗਾ ਮਾਤਾ ਮੰਦਿਰ ਉਹਦੇ ਕੋਲ ਫੁੱਲਾਂ ਵਾਲੀ ਮਾਰਕੀਟ ਲੱਗਦੀ ਹੈ ਇੱਥੇ ਮਿਲਦੇ ਨੇ ਫੁੱਲ ਜਿੰਨੇ ਵੈਸੇ ਤਾਂ ਬਹੁਤ ਸਹੀ ਪ੍ਰਾਈਜ਼ 'ਤੇ ਮਿਲ ਜਾਂਦੇ ਆ ਜੀ ਇਹਦਾ ਨਾਮ ਹੈਗਾ ਜੀ ਸ਼ਹਿਜ ਤੇ ਜੀ ਇਹਨੂੰ ਦੇਖ ਕੇ ਸਾਰੇ ਜਣੇ ਮੈਨੂੰ ਪੁੱਛਦੇ ਆ ਇਹਦੀਆਂ ਅੱਖਾਂ ਕਿੰਨੀਆਂ ਨੋਨੀਆਂ ਨੇ ਉਹ ਲੋ ਜੀ ਭੁੱਖ ਲੱਗੀ ਸ਼ਹਿਜ ਨੂੰ ਚਾਹ ਹੈਗੀ ਜੀ ਬਾਬਾ ਜੀ ਬਾਬਾ ਚਾਚੇ ਦੀ ਕੁੜੀ ਜੀ ਇਹਦਾ ਨਾਂ ਰਸ਼ਮੀਤ ਆ ਜੀ ਰਸ਼ਮੀਤ ਉਹ ਛੋਟੇ ਕਈਆਂ ਨੇ ਤਾਂ ਕਹਿਣਾ ਬਾਈ ਏਡੀ ਸਿੱਧੀ ਵੱਡੀ ਹੋ ਗਈ ਕੁੜੀ ਤਾਂ ਕੁੜੀ ਨਹੀਂ ਵੱਡੀ ਹੋਈ ਇਹ ਪਹਿਲਾਂ ਹੀ ਵੱਡੀ ਹੈ ਸਾਡੀ ਪੰਜ ਹੈਗੀ ਆ ਇਹ ਹੈਗੀ ਜੀ ਮੇਰੀ ਭਤੀਜੀ ਸਹਿਜ ਤੁਸੀਂ ਸਹਿਜ ਹੋ
ਜਰਵੇ ਦੀ ਫੋਟੋ ਪਾਉਣਾ ਸਾਰੇ ਹੀ ਪੁੱਛਦੇ ਅੱਖਾਂ ਕਿੰਨੀ ਸੋਹਣੀਆਂ, ਕਿ ਕੌਣ ਹੈ, ਕਿੱਥੋਂ ਆਈ ਹੈ, ਵੀ ਹੀਰੋ ਕਿੱਥੋਂ ਆਈ ਹੈ, ਕਿੱਥੋਂ ਆਈ ਹੈ। ਜਿਹੜੇ ਛੋਟੇ ਹੁੰਦੇ ਦੀ ਚਰਚ ਸਟਾਰਟ ਆ ਰਹੇ ਹੈ। ਕੀ ਹੋ ਗਿਆ ਕਾਕੇ? ਇਹਦਾ ਪਾਪਾ ਗੁੰਮ ਗਿਆ ਜੀ, ਇਹਦਾ ਪਾਪਾ। ਆਹ ਬਾਬਾ ਚਾਚੀ ਦੀ ਕੁੜੀ ਹੈ ਜੀ, ਆਹ ਬਾਬਾ ਚਾਚੀ ਦੀ। ਆਪ ਵੀ ਲਿਬੜੀ ਹੋਈ ਹੈ ਆਪਣੀ ਕੁੜੀ ਲਿਬੜੀ। ਸੋਚਿਆ ਹੁਣ ਸਫਾਈ ਛੋੜੀ।